जे इदा कला अरदासा ना धियां तो पुत हुंदा ते जिन्ना कर औलाद नहीं अरदासा ना औलाद हुंदी ते बेबे नानकी दे घर भी एक दो बच्चे होने सी। गुरु नानक साहब नालों वधिया अरदास किसे नूं अज तक करनी आई नहीं। ਭੈਣੋ ਤੁਹਾਡੇ ਅੱਗੇ ਇੱਕ ਬੇਨਤੀ ਹੈ, ਕਿਸੇ ਬਾਬੇ ਕੋਲ ਕੋਈ ਤਾਕਤ ਨਹੀਂ ਕਿ ਉਹ ਆਪਣੀ ਅਰਦਾਸ ਨਾਲ ਧੀ ਤੋਂ ਪੁੱਤ ਕਰ ਦੇਵੇ। ਗੁਰੂ ਨਾਨਕ ਸਾਹਿਬ ਨਾਲੋਂ ਵਧੀਆ ਕੋਈ ਅਰਦਾਸ, ਨਾ ਕੋਈ ਗ੍ਰੰਥੀ, ਨਾ ਕੋਈ ਜਥੇਦਾਰ, ਨਾ ਕੋਈ ਬਾਬਾ, ਨਾ ਕੋਈ ਪ੍ਰਚਾਰਕ, ਗੁਰੂ ਨਾਨਕ ਸਾਹਿਬ ਨਾਲੋਂ ਵਧੀਆ ਅਰਦਾਸ ਨਹੀਂ ਕੋਈ ਕਰ ਸਕਦਾ। ਜੋ ਕਰ ਸਕਦਾ ਦੱਸੇ, ਕਰ ਸਕਦਾ ਜੀ ਬੋਲ ਕੇ ਦੱਸੇ ਜੀ, ਕੋਈ ਬਾਬੇ ਦਾ ਚੇਲਾ ਦੱਸੇ ਜੀ ਸਾਡੇ ਬਾਬੇ ਦੀ ਅਤੇ ਬਾਬੇ ਨਾਨਕ ਨਾਲੋਂ ਵਧੀਆ ਅਰਦਾਸ। ਅਤੇ ਬੇਬੇ ਨਾਲ ਕਿਤੇ ਕਰਨਾ ਧੀ ਸੀ ਨਾ ਵਾ, ਬੋਲੋ ਜੀ ਨਾ ਪੁੱਤ ਸੀ, ਔਲਾਦ ਹੀ ਨਹੀਂ ਸੀ ਬੇਬੇ ਨਾਨਕੀ ਦੇ ਘਰ। ਇਹ ਤਾਂ ਸਾਡਾ ਸਮਾਜ ਭੱਜਾ ਫਿਰਦਾ ਜੀ, ਸਾਡੇ ਘਰ 'ਤੇ ਅਰਦਾਸ ਹੀ ਸਾਡੇ ਘਰ 'ਤੇ, ਸਾਡੀ ਤਾਂ ਜਾੜੀ ਬਾਬਾ ਜੀ ਦੀ ਅਰਦਾਸ ਨਾਲ ਲੱਗੀ। ਕਦੋਂ ਅਸੀਂ ਜਾਗਾਂਗੇ, ਕਦੋਂ ਸਾਡੇ ਅੰਦਰੋਂ ਇਹ ਦੇਹਧਾਰੀਆਂ ਦਾ ਜਿਹੜਾ ਖੌਫ ਬਣਿਆ ਹੋਇਆ ਵਾ ਇਹ ਕਦੋਂ ਨਿਕਲੂ ਸਾਡੇ ਅੰਦਰੋਂ? ਪਤਾ ਕਦੋਂ? ਜਦੋਂ ਖੁਦ ਗੁਰਬਾਣੀ ਪੜੋਗੇ, ਖੁਦ ਗੁਰੂ ਦੇ ਸ਼ਬਦ ਨਾਲ ਜੁੜੋਗੇ, ਆਪਣੇ ਬੱਚੇ ਬੱਚੀਆਂ ਨੂੰ, ਆਪਣੀਆਂ ਧੀਆਂ ਨੂੰ, ਆਪਣੇ ਪੁੱਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾਓ ਕਿ ਪੁੱਤਰ ਗੁਰੂ ਤੋਂ ਉੱਤੇ ਸਾਡੇ ਲਈ ਕੋਈ ਨਹੀਂ। ਇੱਕ ਵਾਰੀ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਤੁਹਾਡੀਆਂ ਮੱਝਾਂ ਦੁੱਧ ਦੇਣ, ਤੁਹਾਡੀ ਦੁਕਾਨ ਚੱਲੇ, ਤੁਹਾਡਾ ਘਰ ਬਣੇ, ਤੁਹਾਡੀ ਜ਼ੁਬਾਨ ਤੋਂ ਪਤਾ ਕੀ ਸ਼ਬਦ ਨਾਲ ਜਿਹਦਾ ਸਾਡੇ 'ਤੇ ਗੁਰੂ ਗ੍ਰੰਥ ਸਾਹਿਬ ਦੀ ਉਸ ਅਕਾਲ ਪੁਰਖ ਦੀ ਅਪਾਰ ਕਿਰਪਾ ਹੈ। ਅੱਜ 100 ਸੇ ਇਕੱਠਾ ਕਰ ਲਓ ਨਾ, ਉਹ 'ਚੋਂ 2-4 ਹੀ ਕਹਿਣਗੇ ਅਕਾਲ ਪੁਰਖ 'ਤੇ ਗੁਰੂ ਗ੍ਰੰਥ ਦੀ ਕਿਰਪਾ, ਉਹਦੇ ਵਿੱਚੋਂ ਬਹੁਤੇ ਪਤਾ ਕਹਿੰਦੇ ਮਹਾਂਪੁਰਖਾਂ ਦੀ ਬੜੀ ਕਿਰਪਾ ਸਾਡੇ ਟੱਬਰ 'ਤੇ, ਮਹਾਂਪੁਰਖਾਂ ਦੀ ਸਾਡੇ ਟੱਬਰ 'ਤੇ। ਬਾਬੇ ਦੀ ਫੋਟੋ ਗੱਡੀ 'ਚ ਵੀ ਲਾਈ ਆ, ਬਾਬੇ ਦੀ ਫੋਟੋ ਪਰਸ ਵਿੱਚ ਵੀ ਰੱਖੀ ਆ, ਬਾਬੇ ਦੀ ਫੋਟੋ ਆਪਣੇ ਬੈੱਡਰੂਮ 'ਚ ਵੀ ਲਾਈ ਆ, ਆਪਣੀ ਲੌਬੀ 'ਚ ਵੀ ਲਾਈ ਆ। ਅਤੇ ਲੋਕਾਂ ਨੂੰ ਕੀ ਕਹਿੰਦੇ ਆ, ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਹਾਂ। ਨਹੀਂ ਹੈਗੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੁੰਦਾ ਉਹ ਗੁਰੂ ਨੂੰ ਮੇਨ ਥਾਂ 'ਤੇ ਰੱਖਦਾ, ਉਹਦੇ ਘਰੋਂ 'ਚੋਂ ਗੁਰਬਾਣੀ ਦੇ ਸ਼ਬਦਾਂ ਦੀਆਂ ਇੱਕ ਲਹਿਰ ਖੜੀ ਕਰਨੀ ਪੈਣੀ। ਆਪੋ ਆਪਣੇ ਘਰਾਂ 'ਚ ਸ਼ਬਦ ਗੁਰੂ ਦੀਆਂ ਤਸਵੀਰਾਂ ਲਾਓ। ਅੱਜ ਜਿੰਨਾ ਵੀ ਦੇਹਧਾਰੀ ਗੁਰੂ ਡੰਬ ਹੈ, ਮਿਸ਼ਨਰੀ ਵਿਚਾਰਧਾਰਾ ਮਿਸ਼ਨ ਲਹਿਰ ਦੇ ਉਲਟ ਕਿਉਂ ਬੋਲਦਾ? ਕਿਉਂਕਿ ਮਿਸ਼ਨਰੀ ਕਾਲਜਾਂ ਨੇ ਘਰ ਘਰ ਦੇ ਵਿੱਚ ਸ਼ਬਦ ਗੁਰੂ ਦੀਆਂ ਤਸਵੀਰਾਂ ਲਾਈਆਂ ਨੇ ਕਿ ਆਪੋ ਆਪਣੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀਆਂ ਤਸਵੀਰਾਂ ਲਾਓ। ਅਤੇ ਬਾਬਿਆਂ ਨੇ ਕਿਹੜੀਆਂ ਲਾਈਆਂ ਭਲਾ? ਅੰਦਰ ਬਾਬੇ ਦਾ ਦੀਵਾਨ ਚੱਲਦਾ ਅਤੇ ਬਾਹਰ ਸਟਾਲ ਕਾਹਦਾ ਲੱਗਾ ਹੁੰਦਾ ਸੀ ਜੀ? ਬਾਬਿਆਂ ਦੀਆਂ ਫੋਟੋਆਂ ਦਾ, ਬੋਲੋ ਜੀ ਬਾਬਿਆਂ ਦੀਆਂ। ਇਹ ਫੋਟੋਆਂ ਆਪਣੇ ਆਪ ਲੈ ਗਈਆਂ ਕਿ ਲਵਾਈਆਂ ਸੀ? ਬਾਹਰ ਫੋਟੋਆਂ ਵਿਕਦੀਆਂ ਸੀ, ਇਹ ਜਾਣ ਲੱਗਿਆ ਬਾਬਾ ਜੀ ਦੀ ਫੋਟੋ ਲੈ ਕੇ ਜਾਇਓ, ਨਾਲ ਆਪਣੇ ਘਰ 'ਚ ਫੋਟੋ ਲੈ ਕੇ ਜਾਇਓ, ਆਪਣੇ ਧੀਆਂ ਪੁੱਤਾਂ ਨੂੰ ਗੁਰਮਤੀ ਵਿਚਾਰਧਾਰਾ ਨਾਲ ਜੋੜੋ। ਅਤੇ ਕਈ ਪੁੱਛਦੇ ਜੀ ਮਿਸ਼ਨਰੀ ਕਾਲਜ ਕਦੋਂ ਆਰੰਭ ਹੋਏ ਸੀ? ਲਓ ਤੁਹਾਡੇ ਗਿਆਤ ਵਾਸਤੇ ਦੱਸ ਦਿੰਦਾ, ਜਦੋਂ ਸਾਕਾ ਨਨਕਾਣਾ ਵਾਪਰਿਆ ਸੀ 1921 ਦੇ ਵਿੱਚ, ਸਾਕਾ ਨਨਕਾਣਾ ਜਦੋਂ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ ਸੀ, 1927 ਵਿੱਚ ਪਹਿਲਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਖੋਲ੍ਹਿਆ ਗਿਆ ਸੀ, ਉਹਦਾ ਨਾਂ ਰੱਖਿਆ ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਸ਼ਹੀਦ ਸ਼ਬਦ ਤਾਂ ਜੋੜਿਆ ਗਿਆ ਸੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਖੋਲ੍ਹਿਆ ਗਿਆ ਸੀ ਜਿਨ੍ਹਾਂ ਨੇ ਖੂਨ ਡੋਲ ਕੇ ਆਪਣੀਆਂ ਜ਼ਿੰਦਗੀਆਂ ਵਾਰ ਕੇ ਸਾਨੂੰ ਗੁਰਦੁਆਰੇ ਆਜ਼ਾਦ ਕਰਕੇ ਦਿੱਤੇ ਸੀ 1927 ਚ। ਪਰ ਸਾਡੇ ਅੱਜ ਸਿਰ ਉੱਤੇ ਸੰਪਰਦਾਵਾਂ ਦੇ ਡੇਰੇ 'ਤੇ ਪਤਾ ਨਹੀਂ ਕੀ ਕੋਈ ਲਿਆ ਕੇ ਮੜ ਦਿੱਤਾ ਗਿਆ, ਅੰਦਰ ਡਰ ਬਿਠਾ ਦਿੱਤਾ ਗਿਆ, ਗੁਰੂ ਦੀ ਵਿਚਾਰ ਸਾਡੇ ਘਰਾਂ 'ਚੋਂ ਕੱਢ ਦਿੱਤੀ ਗਈ ਹੈ, ਘਰ ਘਰ ਗੁਰਬਾਣੀ ਦੀ ਵਿਚਾਰ ਪਹੁੰਚੇ, ਮੈਗਜ਼ੀਨ ਲਵਾਓ। ਮੈਂ ਕੱਲ੍ਹ ਵੀ ਬੇਨਤੀ ਕਰਾਂਗਾ ਤੁਹਾਡੇ ਸਰਦਾਰ ਅਮਰੀਕ ਸਿੰਘ ਜੀ SDO ਰਿਟਾਇਰ ਨੇ, ਉਹ ਕੱਲ੍ਹ ਤੁਹਾਡੇ ਨਗਰ ਕਿੰਨੀ ਵੋਟ ਹੈ ਜੀ ਆਪਣੇ ਨਗਰ ਦੀ ਪੂਰੀ ਜੀ ਕਿੰਨੇ? ਉਹਨਾਂ ਨੂੰ ਮੈਂ ਖਾ ਇੱਕ ਦਿਨ 'ਚ ਉਹਨਾਂ ਨੇ ਕੱਢ ਦੇਣਾ। ਤੁਹਾਡੇ ਪਿੰਡ ਆਉਣਗੇ ਇਕੱਲੇ ਇਕੱਲੇ ਘਰ, ਉਹ ਜਿੰਨਿਆਂ ਪਿੰਡਾਂ 'ਚ ਵੀ ਅਸੀਂ ਸਮਾਗਮ ਕਰਦੇ ਹਾਂ ਪਹੁੰਚਦੇ ਆ, ਜਾਣ ਲੱਗਿਆ ਤੁਹਾਨੂੰ ਅੱਜ ਨਹੀਂ ਤਾਂ ਕਰ ਜਦੋਂ ਤੁਸੀਂ ਕਹੋਗੇ ਆਉਣਗੇ। ਮੈਗਜ਼ੀਨ ਲਵਾਓ ਆਪਣੇ ਘਰਾਂ 'ਚ, ਮੇਰੀ ਉਹ ਭੈਣੋ, ਮੇਰੀ ਉਹ ਧੀਓ, ਮੇਰੀਆਂ ਮਾਵਾਂ ਬੇਟੀਆਂ ਨੇ, ਪੜ੍ਹਨ ਦੀ ਆਦਤ ਪਾਓ। ਜਿੱਦਣ ਅਸੀਂ ਆਪਣੀ ਮਨ ਦੀ ਸੰਗਤ ਗੁਰੂ ਨਾਲ ਕਰਨ ਲੱਗ ਪਏ ਨਾ, ਸਾਨੂੰ ਕਿਸੇ ਦੇਹਧਾਰੀ ਬੰਦੇ ਪ੍ਰਚਾਰਕ ਦੀ ਲੋੜ ਪੈਣੀ ਨਹੀਂ, ਸਾਡਾ ਸਿੱਧਾ ਹੀ ਸੰਬੰਧ ਗੁਰੂ ਨਾਲ ਜੁੜ ਜਾਣਾ ਹੈ। ਸਿੱਧਾ ਲਿੰਕ ਜੋੜਨਾ ਆਪਾਂ ਆਪਣੇ ਗੁਰੂ ਨਾਲ,
सवेरे टाइम ना उठन की आदत पानी है, रात को टाइम ना सौन की आदत पानी है। रोज़ भावें दो शब्द ही पढ़ो गुरु ग्रंथ साहब के, भावें एक शब्द ही रोज़ गुरु ग्रंथ साहब का पढ़ो, रोज़ गुरु के शब्द की संगत करो। रोज ज्यों ज्यों तुहाडा मन गुरु के शब्द की संगत करता जाएगा, अज होर कल होर तुहाडा रहन सहन जिंदगी जीण का तरीका ही बदल जाना। प्यारे भाई जेठा जी नूं एडा वड्डा बल कितना मिलिया, जिन्हां दे मां बाप बचपन चढ़ाई कर गए, जदों गुरु जीवन च आया पता की कहण लग पियो, कहिंदे हुण तुसीं मेरे मां प्यो, सब कुछ तुसीं हो मेरे, तूं गुरबंधप मेरा सखा सखाए, जो हमरी बिद होती मेरे सतगुरा सा बिद तुम हर जानो आपे, हम रुलते फिरते कोई बात ना पूछता, गुर सतगुर संग कीरे हम थापे, तन तन गुरु नानक जन केरा, जित मिले चूकै सब सोग संतापे, तुमरे गुण क्या कहा मेरे सतगुरा, जब गुर बोले मैं तुहाडे गुण किदां बयान करां। गुरु रामदास महाराज कहते मैं गुरु कहना तो मैं विस्माद विच आ जाना, तुमरे गुण क्या कहा मेरे सतगुरा, जब गुर बोले तब विषम होए जाए, हम जैसे अपराधी अवर कोई राख है, जैसे हम सतगुर राख लिए छुड़ाए, तू गुर पिता, तू गुर पिता, तू है गुर माता, तू गुर बंधप मेरा सखा सुखाए, गुरु साहब जी तू ही मेरे माता, तू ही मेरे पिता, तू ही मेरे रिश्तेदार, सब कुछ तू ही बन गए। जितन सिख का मन गुरु के शब्द में जुड़ता ना, फिर तो सारिया कमियां पूरिया हो जाए, फिर तो जा तू मेरे वाल क्या मशंदा वाली गल हो जाती है, तू तो सब कुछ मैनू सौंपया, जो तेरा बंदा ताती वाव ना लगाई, पार ब्रह्म शरणाई, चौगिर्द हमारे राम का दुख लगे ना, भाई सतगुर पूरा भेटिया, पूरा सतगुरु, जिदन पूरा सतगुरु साड़ी जिंदगी च आ गया, जिंदगी जीण का तरीका ही स्वाद ही वखरा होना, तुहाडी जेब च 10 रुपए भी होणगे ना, हुसन तुहानू लखां वर्गा होना है।